So today we are starting with one of the major topics, which is the muscle mechanics. Now, what your muscle mechanics are, that is pertaining to the functioning of the muscle fibers, whole of the muscle organ, and the bone muscle lever systems. So, ਇਹਦੇ ਵਿੱਚ ਕਾਫੀ ਕੁਝ ਆਏਗਾ ਸਟਿਲ ਆਪਾਂ ਬਹੁਤ ਬੇਸਿਕਸ ਤੋਂ ਸ਼ੁਰੂ ਕਰਾਂਗੇ ਅੱਜ ਸੋ ਬੱਚਿਓ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਹੈ ਉਹ ਹੈ ਕਿ ਵਾਟ ਇਜ਼ ਅ ਮਸਲ ਬੈਲੀ ਸੋ ਇਹ ਕਨਸੈਪਟ ਸਮਝਣੇ ਕਾਫੀ ਜ਼ਰੂਰੀ ਹੈ ਸੋ ਮੈਂ ਤੁਹਾਨੂੰ ਅੱਜ ਥੋੜ੍ਹਾ ਪੰਜਾਬੀ ਦੇ ਵਿੱਚ ਸਮਝਾਵਾਂਗਾ ਐਂਡ ਜਿਹੜੀ ਮਸਲ ਬੈਲੀ ਹੈ ਬੱਚਿਓ ਇਹ ਸਾਰੇ ਦਾ ਸਾਰਾ ਪੂਰਾ ਮਸਲ ਹੈ ਜਿਹੜਾ ਕਿ ਆਪਾਂ ਕਿਸੇ ਦੀ ਬਾਡੀ ਦੇ ਵਿੱਚੋਂ ਬਾਹਰ ਕੱਢ ਲਿਆ ਸੋ ਜਿਹੜੀ ਮਸਲ ਬੈਲੀ ਹੈ ਦਿਸ ਇਜ਼ ਅ ਫੁੱਲ ਮਸਲ ਅਲੋਂਗ ਵਿਦ ਦੀ ਟੈਂਡਨਸ ਜਿਹੜੇ ਉਹਦੇ ਦੋਵੇਂ ਸਾਈਡਸ ਦੇ ਉੱਪਰ ਟੈਂਡਨਸ ਹੋਣਗੇ ਕਿਉਂਕਿ ਜਿਹੜਾ ਫੁੱਲ ਮਸਲ ਹੁੰਦਾ ਇਹ ਥੋੜ੍ਹਾ ਸਪਿੰਡਲ ਸ਼ੇਪਡ ਹੋਏਗਾ ਸੈਂਟਰ 'ਚੋਂ ਮੋਟਾ ਹੋਏਗਾ ਆਲੇ ਦੁਆਲੇ ਪਤਲਾ ਹੋਏਗਾ ਉਹਦੇ ਦੋਵੇਂ ਸਾਈਡਸ ਦੇ ਉੱਤੇ ਟੈਂਡਨਸ ਦਾ ਕੁਛ ਪਾਰਟ ਉਹਦਾ ਕਨੈਕਟਿਵ ਟਿਸ਼ੂ ਆਏਗਾ So this is called as a muscle belly. ਹੁਣ muscle belly ਹੈ ਜਿਹੜੀ ਇਹ ਬੱਚਿਓ ਲਾਈਕ ਦਿਸ ਇਜ਼ ਅ ਫੁੱਲ ਮਸਲ ਐਂਡ ਇਹਦੇ ਵਿੱਚ ਅੱਗੇ ਯੂ ਹੈਵ ਦੀ ਔਰਗਨਾਈਜੇਸ਼ਨ ਸੋ ਜੇ ਇਹਨੂੰ ਪੂਰੀ ਦੀ ਪੂਰੀ ਨੂੰ ਆਪਾਂ ਲੈ ਕੇ ਚੱਲੀਏ ਤਾਂ ਇਸ ਨੂੰ ਮਸਲ ਔਰਗਨ ਵੀ ਕਹਿੰਦੇ ਆ ਸੋ ਮਸਲ ਬੈਲੀ ਔਰ ਮਸਲ ਔਰਗਨ ਦੇ ਆਰ ਦਾ ਸੇਮ ਥਿੰਗਸ ਠੀਕ ਹੈ ਪੂਰਾ ਮਸਲ ਹੈ ਇਹਦੇ ਵਿੱਚ ਜੇ ਆਪਾਂ ਇਹਨੂੰ ਟੀ ਐੱਸ ਕੱਟ ਕੇ ਦੇਖੀਏ ਇਹ ਔਰਗਨਾਈਜੇਸ਼ਨ ਵਾਲੇ ਬੱਚੇ ਜ਼ਿਆਦਾ ਅੱਛਾ ਸਮਝਾਉਣਗੇ ਸੋ ਮੈਂ ਥੋੜ੍ਹੀ ਜਿਹੀ ਤੁਹਾਨੂੰ ਬਰੀਫ ਡਿਸਕਸ਼ਨ ਇੱਥੇ ਮੈਂ ਜ਼ਰੂਰ ਕਰਨੀ ਚਾਹੂੰਗਾ ਸੋ ਮਸਲ ਬੈਲੀ ਦੇ ਵਿੱਚ ਕੀ ਹੈ ਮਸਲ ਫੈਸੀਕਲਸ ਸੋ ਇਟ ਇਜ਼ ਮਸਲ ਫੈਸੀਕਲਸ ਬਹੁਤ ਸਾਰੇ ਫੈਸੀਕਲ ਪਏ ਆ ਮਸਲ ਫੈਸੀਕਲ ਦੇ ਅੰਦਰ ਕੀ ਹੈ ਸੋ ਵੀ ਹੈਵ ਦੀ ਮਸਲ ਫਾਈਬਰਸ ਨਾ ਫਾਈਬਰਸ ਦੇ ਅੰਦਰ ਕੀ ਨੇ ਸੋ ਦੀਜ਼ ਆਰ ਮਸਲ ਫਿਬਰਲਸ ਜਿਹਨਾਂ ਨੂੰ ਆਪਾਂ ਮਾਇਓ ਫਿਬਰਲਸ ਵੀ ਕਹਿ ਦਿੰਦੇ ਹਾਂ ਸੋ ਦੀਜ਼ ਆਰ ਆਲਸੋ ਕੋਲਡ ਐਸ ਮਾਇਓ ਫਿਬਰਲਸ ਨਾ ਇਹ ਜਿਹੜੀਆਂ ਮਾਇਓ ਫਿਬਰਲਸ ਆ ਬੱਚਿਓ ਇਹਨਾਂ ਦੇ ਵਿੱਚ ਜੇ ਆਪਾਂ ਅੱਗੇ ਚਲੇ ਜਾਈਏ ਫਰਦਰ ਤਾਂ ਮਾਇਓਫਿਬਰਲਸ ਦੇ ਅੰਦਰ ਯੂ ਹੈਵ ਮਾਇਓਸਿਨ ਐਂਡ ਐਕਟਿਨ ਪ੍ਰੋਟੀਨਸ ਵਿਚ ਆਰ ਮੇਕਿੰਗ ਐਕਚੁਅਲੀ ਦੀ ਸਾਰਕੋਮੀਅਰਸ ਸੋ ਇੱਥੇ ਵੀ ਸ਼ੁੱਡ ਰਾਈਟ ਐਜ ਸਾਰਕੋਮੀਅਰਸ ਸੋ ਮਸਲ ਫਿਬਰਲਸ ਦੇ ਅੰਦਰ ਜਾਂ ਮਾਇਓਫਿਬਰਲਸ ਦੇ ਅੰਦਰ ਵੀ ਹੈਵ ਦੀ ਸਾਰਕੋਮੀਅਰਸ ਉਹਦੇ ਅੰਦਰ ਬੱਚੇ ਉਹ ਕੀ ਨੇ ਡਾਰਕ ਅਤੇ ਲਾਈਟ ਬੈਂਡਸ ਇਹ ਆਪਾਂ ਪੜ੍ਹਿਆ ਹੋਇਆ ਸੋ ਦੇ ਹੈਵ ਡਾਰਕ ਐਂਡ ਲਾਈਟ ਬੈਂਡਸ ਸੋ ਇਹ ਜਿਹੜੇ ਬੈਂਡਸ ਨੇ ਉਹਨਾਂ ਦੇ ਅੰਦਰ ਵੀ ਹੈਵ ਦੀ ਮਾਇਓਸਿਨ ਐਂਡ ਐਕਟਿਨ ਪ੍ਰੋਟੀਨਸ ਨਾ ਜਿਹੜਾ ਸਾਰਕੋਮੀਅਰ ਹੈ ਇਫ ਆਈ ਗੋ ਵਿਦ ਦੀ ਸਟਰਕਚਰ ਆਫ ਵਨ ਸਾਰਕੋਮੀਅਰ ਤਾਂ ਇਹ ਬੱਚਿਓ ਇੱਕ ਰੀਜਨ ਹੈ ਇਟ ਇਜ਼ ਬਿਟਵੀਨ ਦ ਟੂ ਜ਼ੈਡ ਲਾਈਨਸ ਸੋ ਇਹ ਆਪਾਂ ਬੀ ਐੱਸ ਸੀ ਦੇ ਵਿੱਚ ਪੜ੍ਹਿਆ ਕਿ ਜਿਹੜਾ ਸਾਰਕੋਮੀਅਰ ਹੁੰਦਾ ਇਟ ਇਜ਼ ਦੀ ਰੀਜਨ ਇਨ ਬਿਟਵੀਨ ਦਾ ਟੂ ਜ਼ੈਡ ਲਾਈਨਸ ਸੋ ਇਹਦੇ ਵਿੱਚ ਯੂ ਮੇ ਹੈਵ ਲਾਈਕ ਮਾਇਓਫਿਬਰਲਸ ਯੂ ਹੈਵ ਦੀ ਟੂ ਟਾਈਪਸ ਆਫ ਪ੍ਰੋਟੀਨਸ ਦਾ ਮਾਇਓਸਿਨ ਐਂਡ ਐਕਟਿਨ ਉਹ ਤੋਂ ਇਲਾਵਾ ਹੋਰ ਬੜੀਆਂ ਪ੍ਰੋਟੀਨਸ ਹੁੰਦੀਆਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਬਾਅਦ ਦੇ ਵਿੱਚ ਸਟਿਲ ਜੇ ਸਾਰਕੋਮੀਅਰ ਦੀ ਗੱਲ ਕੀਤੀ ਜਾਵੇ ਤਾਂ ਦਿਸ ਇਜ਼ ਦੀ ਸਮੋਲੈਸਟ ਯੂਨਿਟ ਆਫ ਕੰਟਰੈਕਸ਼ਨ ਇਹ ਸਭ ਤੋਂ ਛੋਟਾ ਯੂਨਿਟ ਹੈ ਜਿਹੜਾ ਕੰਟਰੈਕਟ ਕਰ ਸਕਦਾ ਸੋ ਇਸੇ ਸਾਰਕੋਮੀਅਰ ਦੇ ਵਿੱਚ ਸਲਾਈਡਿੰਗ ਹੁੰਦੀ ਹੈ ਆਫ ਦੀ ਐਕਟਿਨ ਪ੍ਰੋਟੀਨ ਔਨ ਦੀ ਮਾਇਓਸਿਨ ਸੋ ਜਿਹਨੂੰ ਆਪਾਂ ਕਹਿੰਦੇ ਹਾਂ ਸਲਾਈਡਿੰਗ ਫਿਲਾਮੈਂਟ ਥਿਊਰੀ ਉਹ ਇਸੇ ਲੈਵਲ 'ਤੇ ਕੰਮ ਕਰਦੀ ਹੈ ਇਟ ਵਰਕਸ ਔਨ ਦਾ ਲੈਵਲ ਆਫ ਦੀ ਸਾਰਕੋਮੀਅਰ ਸੋ ਉਹਦੇ ਬਾਰੇ ਆਪਾਂ ਫਿਰ ਬਾਅਦ ਦੇ ਵਿੱਚ ਗੱਲ ਕਰਾਂਗੇ ਜਦੋਂ ਮਸਲ ਕੰਟਰੈਕਸ਼ਨ ਦਾ ਮੈਕਨਿਜ਼ਮ ਦੀ ਗੱਲ ਕਰਾਂਗੇ ਸੋ ਬੱਚਿਓ ਇਸ ਤੋਂ ਬਾਅਦ ਦੋ ਕਨਸੈਪਟਸ ਆਪਣੇ ਸਾਹਮਣੇ ਆਏ ਹੁਣ
सब तो पहली चीज़ की है मसल ऑर्गन, नाउ दिस इज़ अ फुल मसल। दूजी चीज़ की है दिस इज़ द मसल फाइबर। सो जिहड़े मसल फाइबरस ने ये दूजा पार्ट है जिहदे उत्ते आपां एम्फेसिस देनी है। हुण मेन गल ये है कि मसल फाइबर कदों कंट्रैक्ट करूगे, जदों उहदे विच वाले सारकोमीयर्स कंट्रैक्ट करनगे। सो जदों मसल फाइबर कंट्रैक्ट कर गए उस तो बाद जिहड़ा मसल ऑर्गन है वह पूरे का पूरा कंट्रैक्ट कर जाएगा। सिंपल। सो जिहड़ा मसल ऑर्गन है ये थोड़ा वड्डे लैवल की ऑर्गनाइजेशन है। जिहड़ा मसल फाइबर है ये फिजियोलॉजिकल जे एक्शन देखना होवे मसल कंट्रैक्शन का तो मसल फाइबर नूं देखा जाएगा। इहदे बारे मैं तुहानूं बाद च होर दसूंगा। ना मसल फाइबर की जे बच्चे गल की जाए तो मसल फाइबरस मेजर दो टाइप्स दे हो सकते हैं। ना नंबर वन दीज आर कॉल्ड एज द टोनिक फाइबरस एंड जी दूजी चीज़ है दे आर कॉल्ड एज द ट्विच फाइबरस। टोनिक्स एंड ट्विचरस ये कैटेगरी है ऑफ द फाइबरस। ना सब तो मेन गल जी टोनिक फाइबरस के बच्चे है वह बच्चे की है कि दे आर लाइक स्ट्रोंगर फाइबरस विच कैन प्रोड्यूस लार्जर टेंसाइल फोर्सेस। सो दे कैन प्रोड्यूस अ लार्जर टेंसाइल फोर्स। बट ऑन द कॉन्ट्रेरी जी दूजी टाइप है विच आर कॉल्ड एज द ट्विचर्स और ट्विच फाइबरस। सो आई शुड राइट हेयर एज ट्विच फाइबरस। सो दे आर प्रोड्यूसिंग स्मॉल टेंसाइल फोर्स। जिदा सो मैं थोड़ी जी एग्जाम्पल्स दे के थानू ये समझाऊंगा। जे आप ट्विच फाइबरस की गल करिए बचे हो तो जिदा थोड़ी अख किसी टाइम होंदा भी वह बहुत वाइब्रेट करती है, थोड़े मसल्स अपने आप उत्थे थोड़े थोड़े कंट्रैक्शन शो करते हैं। सो इस कंडीशन नू आपां ट्विचर फाइबरस दे नाल मिला सकते हैं। सो जिहड़ी ट्विचिंग होंदी है ट्विचिंग इज़ अ सडन काइंड ऑफ थिंग जिहड़ी इकोदम हो जाए, बहुत थोड़े टाइमली होवे एंड उहदे च कोई ज़्यादा फोर्स जनरेशन नहीं होंदी। कई बार की होंदा कि कोई एक मसल थोड़ी बॉडी का चाहे वह शोल्डर मसल है वो अपने आप थोड़ी थोड़ी कंट्रैक्शन शो करी जाता थोड़ी विल दे बाहर जाके अपने आप। सो वह वाली जिहड़ी कंट्रैक्शन होंदी है सस्टेन कंट्रैक्शन वो ट्विचर फाइबरस करके हो सकती है। ठीक है। सो ट्विचर फाइबरस घट फोर्स प्रोड्यूस करते हैं, याद रखनी है, ये थोड़े टाइम वास्ते फोर्स प्रोड्यूस करते हैं एंड ये सस्टेनड कंट्रैक्शनस भी करवा सकते हैं। ठीक है। सो इत्थे थोड़ियां जिहियां चीज़ां जिहड़ियां याद रखने वाली ये है कि स्मॉल टेंसाइल फोर्स है, शॉर्ट टाइम है एंड दूजी गल जिहड़ी इंपॉर्टेंट है वो हैगी है कि इन्हां दे विच ज़्यादा एफिशिएंसी नहीं हैगी कि एक कंट्रैक्शन नू ज़्यादा टाइम तक सस्टेन कर सकन। ठीक है। सो इन्हां दी जिहड़ी एफिशिएंसी है वो लो है फॉर लाइक लार्जर वर्क्स। कोई वड्डा काम होवे तां ट्विचर फाइबरस उत्थे काम नहीं कर सकते। उत्थे कौन काम करेगा? उत्थे करनगे टोनिक फाइबरस। सो ये लार्जर टेंसाइल फोर्स प्रोड्यूस करनगे, ये कंट्रैक्शन करन तो बाद ज़्यादा भार चुक सकते हैं, ज़्यादा लोड चुक सकते हैं। सो ये इन्हां दे विच एफिशिएंसी भी ज़्यादा, एफिशिएंसी इज़ हाई एंड दे कैन सस्टेन द कंट्रैक्शन फॉर लोंगर टाइम्स। सो ये दोवां दे विच बच्चे फर्क है एंड if I have to like show it with the help of a suppose we make a graph for this particular thing, so we can make a graph just like this that we have this is one axis
showing the tensile force generation, and this is the time period. So what will happen that in the case of the twitchers, so I am taking green color for twitch fibers first of all, so they can contract very quickly, but they cannot sustain it for longer times, so they will be coming back. So the tensile force produced is up to this level. But if I take the case of the tonic fibers, what will happen? They take longer times to make the force, but the force will be of higher magnitude. More force will be produced, more time will be taken to produce that force, but oh force nu is sustain kar sakde for longer times, then they will relax, and this relaxation can be like for longer times. So holi holi vi bhar nu thalle rakh sakde hai kyunki unna ch kafi strength hai, oh bhar nu jaldi vi thalle sit sakde hai, theek hai. So a graph itho change ho sakda just like this, depending upon the load, depending upon the condition. So ethe main thodi ji ek hor ek example thanu deni chahunga. Suppose ke ek koi मजदूर है जिहड़ा कि रोज़ वह काम करता, वो एक बोरी नू चुक के दूजे थां ते रखता. सो जदों वो पहली बार बोरी नू चुकन लगता तो उन्हूं ये सपोज मान लो कि उन्हूं ये नहीं पता कि बोरी कितनी भारी है, ठीक है. सो उस तो बाद की हुंदा सब तो पहला वो ट्विच फाइबरस काम करना शुरू कर दे आ, सब तो पहला. सो ट्विच फाइबरस जदों अपनी कंट्रैक्शन कर देंगे पूरी बड़ी जल्दी करेंगे, पर फिर वो ब्रेन नू पता लगता है कि जिहड़ी जिहड़ा वेट है जिहड़ा लोड है वो काफ़ी ज़्यादा. उस तो बाद की हुंदा बच्चे कि जिहड़े टोनिक फाइबरस हुंदे ने वो काम करना शुरू कर देंगे क्योंकि वेट बहुत ज़्यादा हैगा. सो जो टोनिक फाइबरस काम करना शुरू कर दे तो उस तो बाद भार चुक लैंदा, बोरी नू चुक लेगा, एंड वो जो टोनिक फाइबरस काफ़ी ज़्यादा टेंसाइल फोर्स प्रोड्यूस कर सकते हैं, उस बोरी नू चुक के दूजे पासे लै जाएगा, उदों तक वो सस्टेन करेगा, ठीक है. टोनिक फाइबरस दे विच सस्टेन करन दी कपैसिटी हैगी है. सो सस्टेन करते हैं इसे करके वो बोरी नू दूजे पासे चुक के लैके जाएगा. अद अगर वो टोनिक फाइबरस उन्ने लोड नू चुकन दे कैपेबल नहीं है तो फिर सस्टेनेबिलिटी नहीं होएगी, ठीक है. उन्नी टेंसाइल फोर्स जो जनरेट नहीं कर सकते फिर सस्टेनेबिलिटी भी नहीं होएगी, फिर वो बोरी थले सिट देगा, फिर ग्राफ जल्दी नीचे आ जाएगा, ठीक है. सो दूजे पासे जाके वो जिहड़ी बोरी है उन्हों बड़े आराम नाल रखता, इहदा मतलब है कि जिहड़ा ग्राफ होएगा दैट विल कम डाउन वेरी ईजीली विद टाइम. सो जे वह बोरी नू नीचे सिट देगा इट विल कम जस्ट लाइक दिस डाउन वेरी क्विकली. So I think you have gone with this particular phenomenon. Okay, bachyo, is to baad tonic te twitch fibers di category to baad jede twitch fibers ne bachyo e kuch hor type de ho sakde ne, inna diya further categories hai. Jidda twitch fibers di pehli type hagi hai bachyo fast twitchers, so they are वेरी फास्ट इन कंट्रैक्शन. सो जिहड़ा इन्हां दा कंट्रैक्शन दा पीरियड है, एंड इफ वी मेक जस्ट अगेन अ ग्राफ, सपोज दिस इज फॉर द फास्ट ट्विचर्स, सो व्हाट विल हैपन दैट द फास्ट ट्विचर विल कॉन्ट्रैक्ट will contract very quickly and it will relax again just like this. So the time taken for the contraction, it is just 40 milliseconds. So it is
40 milliseconds. So it is very small time, very small. So in the case of the next category, which are the slow twitchers, so here we can have just like this graph will just come like this. These are taking some longer times for contraction, and they are coming down again. So the time taken for the contraction is near to 90 milliseconds. So here, the contraction time is 90 ms. So this is the difference between the fast twitchers and the slow twitchers. So fast twitchers, they are with 40 milliseconds, and the slow twitchers are with like 90 milliseconds. So there is again a category which is like in between the two. So they are called as the intermediate twitchers. So they are taking a time for like 65 milliseconds. So they are the in between time taking twitch fibers. So these are the three categories of the twitch fibers. So bachyo ethe thodi ji ek hor concept jehda main tuhanu dassna chahuna oh hega fatigue da concept. Now fatigue bachyo apanu pata hai ki jadon continuous koi kaam kita janda hai ta muscle fatigue ho jande hai, fibers bhi fatigue ho jande hai. Ethe जिहड़े टोनिक फाइबरस ने बचियो वो थोड़े जे फटीग नू सस्टेन, क्योंकि सस्टेन करते लार्जर टेंसाइल फोर्सेज नू वो फटीग हो सकते हैं. ठीक है. सो जिहड़े टोनिक फाइबरस ने दे आर लाइक दे विल एंटर द फटीग कंडीशन आफ्टर सम टाइम. जिहड़ा बंदा उस बोरी नू चुक के दूजे पासे रखदा सी, सपोज वो दो महीने उही काम करता रहा, सो हौली हौली की होएगा कि वो जिहड़े टोनिक फाइबरस ने वो बचे उस काम नू करन दे कैपेबल हो जाएंगे हौली हौली. ठीक है. वो उन्हें अडैप्ट कर जाएंगे उन्ने वेट नू चुकना. सो जो वो अडैप्ट कर जाएंगे तो फटीगनैस भी लेट आएगी, ऑबवियस है. सो उस काम करन ते उस बंदे दे मसल्स जल्दी फटीग नहीं करूंगे, क्योंकि उन्होंने अडैप्ट कर गए उस काम नू. जे उस तो ज़्यादा भारी काम करेगा, जे उत्थे लोड ज़्यादा होएगा, दैन जिहड़ी फटीगनैस है वह जल्दी आएगी. इहदा मतलब है जिहड़ी फटीगनैस है वो लोड दे ऑपोजिट है. ठीक है. सो एक पासे लोड है, एक पासे फटीग है. फटीग विल बी मोर इफ लोड इज मोर. ठीक है. सो ए प्रोपोर्शनल वाली गल होगी, इज प्रोपोर्शनल टू दी लोड्स. सो जिहड़े टोनिक फाइबरस ने वो देखा गया कि दे गैट फटीग्ड, एंड उन्हां दी जिहड़ी फटीगनैस है दैट इज प्रोपोर्शनल टू दी लोड. जिन्ना ज़्यादा होएगा उन्नी जल्दी फटीग होणगे. ऑन द कॉन्ट्रेरी जिहड़े बच्चे ट्विचर फाइबरस ने, ट्विचर्स, they are not entering the fatigue mode. So ये जड़े ने ये जल्दी फटीग नहीं होंगे ट्विचर्स, क्योंकि ये की करते हैं कि बड़ी जल्दी कंट्रैक्ट करते हैं, बड़ी जल्दी ही ये वापस आ जाते हैं. इन्हें सस्टेनेबिलिटी ज़्यादा नहीं हैगी. लो टेंसाइल फोर्स प्रोड्यूस करते हैं. क्यों? क्योंकि ये लो लोड वास्ते काम करने लिए बने ने. ये उदों ही एक्शन दे विच आउंदे ने जदों लोड थोड़ा होवे. एंड कौन दसेगा कि लोड थोड़ा हैगा कि ज़्यादा? ये थोड़ा ब्रेन परसीव करेगा, क्योंकि थानू देख के पता है कि तुसी पेन चुक रहे हो तो फिर किहड़े मसल काम करूंगे, किहड़े फाइबरस काम करनगे, उत्थे ट्विचर काम करनगे. ठीक है. फिर जो ट्विचर काम करूंगे तो उत्थे फटीगनैस आउण दे चांसिस भी नहीं हैगे. सो दे आर रेजिस्टेंट टू फटीग. तो कई बार ये क्वेश्चन भी आ जाता है कि व्हाई ट्विचर्स आर रेजिस्टेंट टू फटीग, एक्सप्लेन इट.
ਉੱਥੇ ਤੁਸੀਂ ਟੋਨਿਕ ਫਾਈਬਰਸ ਅਤੇ ਟਵਿਚ ਫਾਈਬਰਸ ਦੋਵਾਂ ਦੀ ਫਟੀਗਨੈਸ ਦੇ ਉੱਤੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਉੱਥੇ ਤੁਸੀਂ ਇਹੀ ਕੋਨਸੈਪਟ ਦੱਸਣਾ ਅਤੇ ਗ੍ਰੈਫਸ ਬਣਾ ਕੇ ਸਮਝਾਉਣਾ ਕਿ ਕਿੱਦਾਂ ਇਹ ਕੰਟਰੈਕਟ ਕਰਦੇ ਆ, ਕਿੱਦਾਂ ਰਿਲੈਕਸ ਕਰਦੇ ਆ, ਅਤੇ ਟਵਿਚਰਸ ਕਿਉਂਕਿ ਜ਼ਿਆਦਾ ਲੋਡ ਨਹੀਂ ਚੁੱਕਦੇ ਅਤੇ ਇਹ ਜ਼ਿਆਦਾ ਰਜਿਸਟੈਂਟ ਹੁੰਦੇ ਨੇ ਟੂ ਫਟੀਗ। ਜੇ ਇੱਕ ਫਟੀਗਨੈਸ ਦਾ ਗ੍ਰੈਫ ਬਣਾਇਆ ਜਾਵੇ ਜਾਂ ਫਟੀਗਨੈਸ ਦੀ ਤੁਸੀਂ ਕਹੋ ਵੀ ਦੇਖੀ ਜਾਵੇ ਕਿ ਕਿਹ 'ਚ ਜ਼ਿਆਦਾ ਫਟੀਗਨੈਸ ਆਉਂਦੀ ਹੈ, ਕਿਹਦੇ 'ਚ ਘੱਟ ਆਉਂਦੀ ਹੈ, ਤਾਂ ਟਵਿਚਰਸ ਦੇ ਕੇਸ ਦੇ ਵਿੱਚ ਪੁੱਛਿਓ ਜਿਹੜੇ ਫਾਸਟ ਟਵਿਚਰਸ ਨੇ। ਫਾਸਟ ਟਵਿਚਰਸ ਦੇ ਗੈਟ ਮੋਰ ਫਟੀਗ ਦੈਨ ਇੰਟਰਮੀਡੀਏਟ ਐਂਡ ਦੇ ਗੈਟ ਮੋਰ ਫਟੀਗ ਦੈਨ ਸਲੋ ਟਵਿਚਰਸ। ਇਹਦਾ ਮਤਲਬ ਹੈ ਜਿਹੜੇ ਸਲੋ ਟਵਿਚਿੰਗ ਫਾਈਬਰਸ ਨੇ ਵਿਚ ਆਰ ਟੇਕਿੰਗ 90 ਮਿਲੀ ਸੈਕਿੰਡਸ ਫੋਰ ਕੰਟਰੈਕਸ਼ਨ, ਦੇ ਆਰ ਹਾਈਲੀ ਰਜਿਸਟੈਂਟ ਟੂ ਦ ਫਟੀਗ, ਉਹ ਜਲਦੀ ਫਟੀਗ ਨਹੀਂ ਹੁੰਦੇ। ਸੇਮ ਇਜ਼ ਵਿਦ ਦੀ ਇੰਟਰਮੀਡੀਏਟ ਫਾਈਬਰਸ। ਜਿਹੜੇ ਫਾਸਟ ਟਵਿਚਰਸ ਨੇ ਉਹ ਥੋੜ੍ਹੇ ਜਿਹੇ ਫਟੀਗ ਮਤਲਬ ਹੋ ਸਕਦੇ ਆ। ਕਿਉਂ? ਕਿਉਂਕਿ ਜਿਹੜੇ ਫਾਸਟ ਟਵਿਚਰਸ ਨੇ ਬੱਚੇ ਉਹ ਉਸ ਟਾਈਮ 'ਤੇ ਜਦੋਂ ਮੰਨ ਲਓ ਫਲਿਕਰਿੰਗ ਹੁੰਦੀ ਆ, ਅੱਖ ਫਲਿਕਰ ਕਰਦੀ ਆ, ਉਸ ਕੇਸ 'ਚ ਕੀ ਹੋਏਗਾ ਕਿ ਜਦੋਂ ਬਾਰ ਬਾਰ ਫਲਿਕਰਿੰਗ ਹੋਏਗੀ ਤਾਂ ਗ੍ਰੈਫ ਕਿੱਦਾਂ ਦਾ ਹੋਏਗਾ ਕਿ ਉਹ ਅਪ ਜਾ ਰਿਹਾ ਫਿਰ ਉਹ ਡਾਊਨ ਆ ਰਹੇ ਨੇ, ਫਿਰ ਅਪ ਜਾ ਰਿਹਾ ਫਿਰ ਡਾਊਨ ਆ ਰਿਹਾ, ਫਿਰ ਅਪ ਜਾ ਰਿਹਾ ਫਿਰ ਡਾਊਨ ਆ ਰਿਹਾ। ਇਹ ਇੱਕ ਟਾਈਪ ਦਾ ਟੈਟਨਸ ਕੰਡੀਸ਼ਨ ਹੋ ਗਈ ਆਫ ਦੀ ਮਸਲ ਫਾਈਬਰ। ਸੋ ਉਸ ਕੇਸ ਦੇ ਵਿੱਚ ਇਹ ਫਟੀਗ ਹੋ ਸਕਦੇ ਆ ਜੇ ਫਾਸਟ ਟਵਿਚਰ ਬਾਰ ਬਾਰ ਕੰਟਰੈਕਟ ਕਰ ਰਹੇ ਆ ਇੱਕੋ ਕੰਮ ਨੂੰ ਕਰਨ ਵਾਸਤੇ, ਉਸ ਕੇਸਿਸ ਦੇ ਵਿੱਚ ਇਹ ਫਟੀਗ ਹੋ ਸਕਦੇ ਆ। ਉੱਥੇ ਇੰਟਰਮੀਡੀਏਟ ਵੀ ਫਟੀਗ ਹੋ ਸਕਦੇ ਨੇ, ਪਰ ਦੇ ਆਰ ਹਾਈਲੀ ਰਜਿਸਟੈਂਟ ਟੂ ਫਟੀਗ ਇਨ ਨੋਰਮਲ ਕੰਡੀਸ਼ਨਸ। ਠੀਕ ਹੈ। ਸੋ ਬੱਚਿਓ, ਇਹ ਕੋਨਸੈਪਟ ਸੀਗਾ ਆਫ ਦੀ ਟੋਨਿਕਸ ਐਂਡ ਦੀ ਟਵਿਚਰ ਫਾਈਬਰਸ। ਸੋ ਆਈ ਹੋਪ